ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦਾ ਟੀਵੀ ਐਨਆਰਆਈ ਤੇ ਮੈਂ ਹਾਂ ਤੁਹਾਡੀ ਆਪਣੀ ਸ਼ਹਿਨਾਜ਼। ਹਰ ਰੋਜ਼ ਦੀ ਤਰ੍ਹਾਂ ਅਸੀਂ ਅੰਕਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋ ਚੁੱਕੇ ਹਾਂ ਤੇ ਅੱਜ ਦੀ ਊਰਜਾ ਕੀ ਕਹਿ ਰਹੀ ਹੈ ਤੇ ਅਸੀਂ ਅੱਜ ਅਸੀਂ ਉਸ ਦੇ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ ਤੇ ਕਰਾਂਗੇ ਕਿ ਅੱਜ ਦੀ ਊਰਜਾ ਦੇ ਨਾਲ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ, ਕਿਵੇਂ ਆਪਣੀ ਜ਼ਿੰਦਗੀ ਨੂੰ ਬੈਟਰ ਬਣਾ ਸਕਦੇ ਹੋ, ਕਿਵੇਂ ਆਪਣੇ ਦਿਨ ਨੂੰ ਖੂਬਸੂਰਤ ਬਣਾ ਸਕਦੇ ਹੋ। ਚਲੋ ਜੀ ਕਰਦੇ ਹਾਂ ਗੱਲਬਾਤ। ਅੱਜ ਹੈ ਜੀ 4 ਤਰੀਕ ਤੇ ਜੇਕਰ ਇਸ ਪੂਰੀ ਤਰੀਕ ਨੂੰ ਮੈਂ ਟੋਟਲ ਕਰਾਂ 4-1 फिर 2024 ਤਾਂ ਇਹਦਾ ਟੋਟਲ ਬਣਦਾ ਹੈ ਜੀ 13 ਤੇ 13 ਨੂੰ ਵੀ ਜਦੋਂ ਅਸੀਂ ਸਿੰਗਲ ਡਿਜਿਟ ਵਿੱਚ ਕਨਵਰਟ ਕਰ ਦਿੰਦੇ ਹਾਂ ਤਾਂ ਉਹ ਵੀ ਟੋਟਲ ਬਣ ਜਾਂਦਾ ਹੈ 4। ਤਾਂ ਫਿਰ ਓਵਰਆਲ ਅੱਜ ਜੋ ਪੂਰੀ ਊਰਜਾ ਬਣ ਰਹੀ ਹੈ, ਜੋ ਅੱਜ ਦਾ ਅੰਕ ਬਣ ਰਿਹਾ ਹੈ, ਉਹ ਬਣ ਰਿਹਾ ਹੈ ਜੀ 4। ਚਾਰ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ 4 ਜਿਹੜਾ ਹੈ ਉਹ ਇਸ ਤਰੀਕੇ ਨਾਲ 4 ਜਦੋਂ ਬਣ ਜਾਂਦਾ ਤਾਂ ਉਹ ਇੱਕ ਸਟੇਬਿਲਿਟੀ ਨੂੰ ਸ਼ੋ ਕਰਦਾ ਹੈ। ਮਤਲਬ ਉਹਦੀ ਨੀਂਹ ਜਿਹੜੀ ਹੈ ਬਹੁਤ ਜ਼ਿਆਦਾ ਇੱਕ ਸਟਰੋਂਗ ਨੀਂਹ ਮੰਨੀ ਜਾਂਦੀ ਹੈ। ਤੇ ਜਿਹੜਾ 4 ਨੰਬਰ ਹੈ ਐਸਟ੍ਰੋਲੋਜੀ ਦੇ ਵਿੱਚ 4 ਨੰਬਰ ਨੂੰ ਬਹੁਤ ਜ਼ਿਆਦਾ ਮਾਈਂਡ ਵਾਲਾ ਮੰਨਿਆ ਜਾਂਦਾ ਹੈ, ਬਹੁਤ ਜ਼ਿਆਦਾ ਬਰੇਵ ਵਾਲਾ ਮੰਨਿਆ ਜਾਂਦਾ, ਜਿਹੜਾ ਕਿ ਬਹੁਤ ਜ਼ਿਆਦਾ ਪਲੈਨਿੰਗ ਕਰਦਾ ਹੈ, ਪਲੋਟਿੰਗ ਕਰਦਾ, ਜਿਹਦਾ ਮਾਈਂਡਸੈਟ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ। ਤੋ 4 ਨੰਬਰ ਦੀ ਊਰਜਾ ਹਮੇਸ਼ਾ ਹੀ ਮਾਈਂਡ ਸੈੱਟ ਨੂੰ ਪ੍ਰੈਜੈਂਟ ਕਰਦੀ ਹੈ, ਕਿਉਂਕਿ ਐਸਟ੍ਰੋਲੋਜੀ ਦੇ ਵਿੱਚ ਵੀ ਤੇ ਜੋਤਿਸ਼ ਸ਼ਾਸਤਰ ਦੇ ਵਿੱਚ ਵੀ ਜਿਹੜਾ 4 ਨੰਬਰ ਹੈ ਉਹ ਇਲਿਊਜਨ ਦਾ, ਭਰਮ ਦਾ ਤੇ ਵਹਿਮ ਦਾ ਮੰਨਿਆ ਜਾਂਦਾ ਹੈ, ਕਿਉਂਕਿ ਇਸਦਾ ਇੱਕ ਸਰ ਹੀ ਹੁੰਦਾ ਹੈ ਤੇ ਇਸਦੀ ਜਿਹੜੀ ਨੀਚੇ ਵਾਲੀ ਬਾਡੀ ਹੁੰਦੀ ਹੈ ਉਹ ਰਾਹੂ ਦੀ ਨਹੀਂ ਹੁੰਦੀ, ਕਿਉਂਕਿ ਇਸਦਾ ਸਿਰਫ ਸਰ ਹੀ ਹੁੰਦਾ ਹੈ ਤੇ ਇਹ ਇਸ ਕਰਕੇ ਐਕਸ਼ਨ ਓਰੀਐਂਟਡ ਘੱਟ ਹੁੰਦਾ ਹੈ, ਪਰ ਇਹਦਾ ਮਾਈਂਡਸੈਟ ਜਿਹੜਾ ਬਹੁਤ ਜ਼ਿਆਦਾ ਸਟਰੋਂਗ ਹੁੰਦਾ, ਜਿਸ ਕਰਕੇ ਬਹੁਤ ਜ਼ਿਆਦਾ ਪਲੈਨਿੰਗ ਕਰਦਾ ਹੈ, ਵਧੀਆ ਪਲੋਟਿੰਗ ਕਰਦਾ ਹੈ। ਤਾਂ ਫਿਰ ਦੇਖਦੇ ਹਾਂ ਕਿ ਅੱਜ ਦੀ 4 ਦੀ ਊਰਜਾ ਤੁਹਾਡੇ ਲਈ ਕਿਹੋ ਜਿਹੀ ਹੈ। ਚਲੋ ਜੀ ਕਰਦੇ ਹਾਂ ਕਿ ਅੰਕਾਂ ਦੇ ਹਿਸਾਬ ਦੇ ਨਾਲ ਅੱਜ 4 ਤਰੀਕ ਤੁਹਾਡੇ ਲਈ ਕਿਹੋ ਜਿਹੀ ਜਾਵੇਗੀ। ਤਾਂ ਜਿਨ੍ਹਾਂ ਦਾ ਅੰਕ ਬਣਦਾ ਹੈ 1, ਉਹਨਾਂ ਦੇ ਲਈ ਅੱਜ ਦਾ ਦਿਨ ਬਹੁਤ ਜ਼ਿਆਦਾ ਵਧੀਆ ਹੋਵੇਗਾ, ਕਿਉਂਕਿ 4 ਨੰਬਰ ਜਿਹੜਾ ਹੈ ਮਾਈਂਡ ਬਾਰੇ ਗੱਲ ਕਰਦਾ ਹੈ ਤੇ 1 ਤਰੀਕ ਯਾਨੀ ਕਿ ਜਿਹੜੇ ਕਿ 1 ਮੁਲਾਂਕ ਦੇ ਅੰਡਰ ਪੈਦਾ ਹੋਏ ਨੇ ਉਹ ਹੁੰਦੇ ਨੇ ਸੂਰਿਆ ਵਾਲੇ, ਤੇ 1 ਤੇ 4 ਜਦੋਂ ਆਪਸ ਵਿੱਚ ਮਿਲ ਜਾਣਗੇ ਤਾਂ ਉਹਨਾਂ ਦਾ ਜਿਹੜਾ ਦਿਨ ਹੈ ਆਪਣੇ ਆਪ ਹੀ ਬਹੁਤ ਜ਼ਿਆਦਾ ਵਧੀਆ ਜਾਵੇਗਾ। 2 ਵਾਲਿਆਂ ਦੇ ਲਈ 4 ਨੰਬਰ ਦੀ ਜਿਹੜੀ ਊਰਜਾ ਹੈ ਉਹ ਕਾਫੀ ਹੱਦ ਤੱਕ ਠੀਕ ਠੀਕ ਜਾਵੇਗੀ, ਮਿਲਿਆ ਜੁਲਿਆ ਪ੍ਰਭਾਵ ਮਿਲੇਗਾ। 3 ਨੰਬਰ ਵਾਲਿਆਂ ਦੇ ਲਈ ਵੀ ਇਹ ਦਿਨ ਜਿਹੜਾ ਹੈ ਬਹੁਤ ਜ਼ਿਆਦਾ ਵਧੀਆ ਨਹੀਂ ਹੋਵੇਗਾ, 1 ਮਿਲਿਆ ਜੁਲਿਆ ਪ੍ਰਭਾਵ ਹੀ ਉਹਨਾਂ ਨੂੰ ਮਿਲੇਗਾ। 4 ਨੰਬਰ ਵਾਲਿਆਂ ਦੇ ਲਈ ਕਿਉਂਕਿ ਉਹ ਖੁਦ ਵੀ ਰਾਹੂ ਨੇ ਤੇ ਅੱਜ ਦਾ ਦਿਨ ਵੀ ਰਾਹੂ ਦਾ ਹੈ, ਤਾਂ ਇਸ ਕਰਕੇ ਉਹਨਾਂ ਦੇ ਲਈ ਥੋੜ੍ਹੀ ਜਿਹੀ ਸਟਰਗਲ ਉਹਨਾਂ ਨੂੰ ਕਰਨੀ ਪੈ ਸਕਦੀ ਹੈ, ਕਿਉਂਕਿ ਉਹ ਐਕਸ਼ਨ ਓਰੀਐਂਟਡ ਘੱਟ ਹੋਣਗੇ ਤੇ ਆਪਣਾ ਮਾਈਂਡ ਜਿਹੜਾ ਹੈ ਉਹ ਜ਼ਿਆਦਾ ਚਲਾਉਣਗੇ, ਜਿਸ ਕਰਕੇ ਉਹ ਆਪਣੇ ਮਾਈਂਡ ਨੂੰ ਕਈ ਵਾਰ ਡਿਪਰੈਸ਼ਨ ਵਾਲੇ ਮੋਡ ਵਿੱਚ ਵੀ ਲੈ ਕੇ ਆਣਗੇ। ਹੁਣ ਗੱਲ ਕਰਦੇ ਹਾਂ ਜੀ 5 ਨੰਬਰ ਬਾਰੇ। 5 ਨੰਬਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਬੁੱਧੀਮਾਨ ਲੋਕਾਂ ਦਾ ਨੰਬਰ ਮੰਨਿਆ ਜਾਂਦਾ ਹੈ, ਤੇ ਜਦੋਂ ਉਹਦੇ ਨਾਲ ਅੱਜ 4 ਦੀ ਊਰਜਾ ਜੁੜ ਜਾਵੇਗੀ ਤਾਂ ਉਹਨਾਂ ਦਾ ਦਿਨ ਕਾਫੀ ਹੱਦ ਤੱਕ ਵਧੀਆ ਜਾਵੇਗਾ। ਹੁਣ ਗੱਲ ਕਰਦੇ ਹਾਂ ਜੀ 6 ਨੰਬਰ ਵਾਲਿਆਂ ਦੇ ਲਈ। 6 ਨੰਬਰ ਵਾਲਿਆਂ ਦੇ ਲਈ 4 ਨੰਬਰ ਹਮੇਸ਼ਾ ਹੀ ਵਧੀਆ ਹੁੰਦਾ ਹੈ ਤੇ ਇਸ ਕਰਕੇ ਉਹਨਾਂ ਦਾ ਦਿਨ ਵੀ ਅੱਜ ਬਹੁਤ ਜ਼ਿਆਦਾ ਵਧੀਆ ਜਾਵੇਗਾ। ਹੁਣ ਗੱਲ ਕਰਦੇ ਹਾਂ ਜੀ 7 ਨੰਬਰ ਦੀ। 7 ਨੰਬਰ ਹੁੰਦਾ ਹੈ ਜੀ ਕੇਤੂ ਦਾ ਨੰਬਰ, ਤੇ ਜਿਹੜਾ ਰਾਹੂ ਹੈ ਜਿਹਦੇ ਵਿੱਚ ਮੈਂ ਪਹਿਲਾਂ ਹੀ ਗੱਲ ਕਰ ਚੁੱਕੀ ਹਾਂ, ਰਾਹੂ ਜਿਹੜਾ ਹੈ ਉਹ ਸਰ ਹੈ ਤੇ ਜਿਹੜਾ ਕੇਤੂ ਹੈ ਮਤਲਬ ਕਿ 7 ਨੰਬਰ ਹੈ ਉਹ ਬਾਡੀ ਹੈ, ਤੇ ਜਦੋਂ ਸਰ ਤੇ ਉਹਦਾ ਪੂਰਾ ਸਰੀਰ ਆਪਸ ਦੇ ਵਿੱਚ ਬਾਡੀ ਮਿਲ ਜਾਂਦੀ ਹੈ ਤਾਂ ਫਿਰ ਉਹ ਕੰਬਾਈਂਡ ਹੋ ਕੇ ਇੱਕ ਊਰਜਾ ਬਹੁਤ ਵਧੀਆ ਬਣਾ ਦਿੰਦੇ ਨੇ, ਮਤਲਬ ਕਿ ਮਾਈਂਡ ਵੀ ਮਿਲ ਗਿਆ ਤੇ ਐਕਸ਼ਨ ਵੀ ਸਹੀ ਹੋਣ ਲੱਗ ਪਿਆ। ਇਸ ਕਰਕੇ ਅੱਜ 7 ਨੰਬਰ ਵਾਲਿਆਂ ਦੇ ਲਈ ਇਹ ਦਿਨ ਬਹੁਤ ਜ਼ਿਆਦਾ ਵਧੀਆ ਜਾਵੇਗਾ। ਹੁਣ ਗੱਲਬਾਤ ਕਰਾਂਗੇ ਅਸੀਂ 8 ਨੰਬਰ ਵਾਲਿਆਂ ਦੇ ਲਈ। 8 ਨੰਬਰ ਵਾਲਿਆਂ ਦੇ ਲਈ ਇਹ ਦਿਨ ਜਿਹੜਾ ਹੈ ਉਹ ਮਿਲਿਆ ਜੁਲਿਆ ਜਾਵੇਗਾ, ਉਹਨਾਂ ਨੂੰ ਕਾਫੀ ਸਟਰਗਲ ਕਰਨੀ ਪਵੇਗੀ। ਹੁਣ ਗੱਲਬਾਤ ਕਰਾਂਗੇ ਆਖਰੀ ਨੰਬਰ ਯਾਨੀ ਕਿ 9 ਨੰਬਰ ਵਾਲਿਆਂ ਲਈ। 9 ਨੰਬਰ ਵਾਲਿਆਂ ਦੇ ਲਈ ਇਹ ਦਿਨ ਥੋੜ੍ਹਾ ਮਿਲਿਆ ਜੁਲਿਆ ਜਾਵੇਗਾ, ਉਹਨਾਂ ਨੂੰ ਵੀ ਕਾਫੀ ਸਟਰਗਲ ਕਰਨੀ ਪਵੇਗੀ, ਕਿਉਂਕਿ 9 ਨੰਬਰ ਜਿਹੜਾ ਹੈ ਉਹ ਮਾਰਸ ਦਾ ਨੰਬਰ ਹੈ ਯਾਨੀ ਕਿ ਮੰਗਲ ਦਾ ਨੰਬਰ ਹੈ। ਇਸ ਕਰਕੇ ਜਦੋਂ ਉਹ ਰਾਹੂ ਦੇ ਨਾਲ ਉਹਨਾਂ ਦੀ ਊਰਜਾ ਮਿਲੇਗੀ ਤਾਂ ਇਸ ਕਰਕੇ ਉਹਨਾਂ ਦਾ ਜਿਹੜਾ ਦਿਨ ਹੈ ਥੋੜ੍ਹਾ ਪਰੇਸ਼ਾਨਗੀ ਵਿੱਚ ਗੁਜ਼ਰੇਗਾ, ਇਸ ਲਈ ਉਹਨਾਂ ਨੂੰ ਆਪਣੇ 'ਤੇ ਥੋੜ੍ਹਾ ਬਹੁਤ ਫੋਕਸ ਕਰਨਾ ਚਾਹੀਦਾ ਅਤੇ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ ਹੈ। ਸੋ ਇਹ ਹੈ ਜੀ ਅੱਜ ਦਾ ਦਿਨ। ਮਿਲਦੇ ਹਾਂ ਕੱਲ੍ਹ ਨੂੰ ਹੋਰ ਮੁੱਦੇ ਉੱਤੇ ਗੱਲਬਾਤ ਕਰਦੇ ਹੋਏ ਤੇ ਕਰਾਂਗੇ ਕੱਲ੍ਹ ਦਾ ਦਿਨ ਤੁਹਾਡੇ ਲਈ ਕਿਹੋ ਜਿਹਾ ਹੋਵੇਗਾ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਅੰਕ ਬੋਲਦੇ ਨੇ। ਸ਼ੁਕਰੀਆ।